पंजाबी विरासत को संजोए हुए कोहिनूर मिसेज एंड मिस वर्ल्ड पंजाबन इंडिया का ग्रैंड फिनाले आने वाले 31 मार्च को चंडीगढ़ में किया जा रहा है। शेफाली बग्गा, राणा जंग बहादुर, पंजाबी गायक जसवीर जस्सी, सोनिया छापड़ा व नैन्सी बतौर जूरी टीम में शामिल होंगे। आज यहां चंडीगढ़ में इस मेगा इवेंट के बारे में आयोजक बंधन इवेंट्स की नैन्सी घुमन और जानी मानी फिल्म एक्ट्रेस पूनम सूद ने जानकारी दी। उन्होंने बताया कि इवेंट के दौरान सरकार की ओर से कोरोना को लेकर जारी प्रोटोकॉल का पूरी तरह से पालन किया जाएगा। ਬੰਧਨ ਈਵੈਂਟ ਪਲੈਨਰ ਜੋ ਹੈ ਕਾਫੀ ਟਾਈਮ ਤੋਂ ਸੱਭਿਆਚਾਰਕ ਪ੍ਰੋਗਰਾਮ ਕਰਵਾ ਰਹੇ ਤੇ ਜੇ ਮੈਂ ਗੱਲ ਕਰਾਂ ਕੋਹਿਨੂਰ ਮਿਸ ਐਂਡ ਮਿਸਿਸ ਵਰਲਡ ਪੰਜਾਬਨ ਇੰਡੀਆ ਦੀ ਇਹ ਇੱਕ ਐਸਾ ਪ੍ਰੋਗਰਾਮ ਹੈ ਜੋ ਇੱਕ ਪਰਿਵਾਰ ਤੋਂ ਸ਼ੁਰੂ ਹੋ ਕੇ ਇੱਕ ਰੈਂਪ ਤੇ ਜਾਂਦਾ ਹੈ ਯਾਨੀ ਕਿ ਮੈਂ ਇੱਥੇ ਗੱਲ ਕਰ ਰਹੀ ਹਾਂ ਸਾਡੀਆਂ ਉਹਨਾਂ ਮੁਟਿਆਰਾਂ ਦੀ ਜੋ ਕਾਫੀ ਮਾਡਰਨ ਨੇ ਬਟ ਆਪਣੇ ਵਿਰਸੇ ਨੂੰ ਭੁੱਲ ਚੁੱਕੀਆਂ ਨੇ ਚਾਹੇ ਉਹ ਕੈਨੇਡਾ ਅਮੈਰੀਕਾ ਦੁਬਈ ਆਸਟ੍ਰੇਲੀਆ ਬੈਠੀਆਂ ਨੇ ਚਾਹੇ ਉਹ ਬੈਠੀਆਂ ਨੇ ਸਾਡੇ ਆਪਣੇ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਪਰ ਸਾਡੇ ਕਲਚਰ ਤੋਂ ਉਹ ਥੋੜੀਆਂ ਅਲੱਗ ਹੋ ਗਈਆਂ ਨੇ ਵੈਸਟਰਨ ਕਲਚਰ ਦਾ ਪ੍ਰਭਾਵ ਜ਼ਿਆਦਾ ਪਿਆ ਹੋਇਆ ਸੋ ਕੋਹਿਨੂਰ ਦਾ ਜੋ ਇਹ ਸਫ਼ਰ ਹੈ ਸਾਡਾ ਸਪੈਸ਼ਲ ਪੰਜਾਬੀ ਮੁਟਿਆਰਾਂ ਵਾਸਤੇ ਹੈ ਕਿਉਂਕਿ ਅਸੀਂ ਜਿੱਥੇ ਪੰਜਾਬ ਦੇ ਵਿੱਚ ਬੈਠੇ ਹਾਂ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਭੁੱਲ ਚੁੱਕੇ ਹਾਂ ਸੋ ਇਹ ਬਹੁਤ ਹੀ ਇੱਕ ਵਧੀਆ ਕੰਸੈਪਟ ਅਸੀਂ ਸ਼ੁਰੂ ਕੀਤਾ 2018 ਦੇ ਵਿੱਚ ਪਟਿਆਲਾ ਤੋਂ ਅਸੀਂ ਸਟਾਰਟ ਕੀਤਾ ਸੀ 2018 ਦੇ ਵਿੱਚ ਅਸੀਂ ਪਟਿਆਲਾ ਇਹ ਪ੍ਰੋਗਰਾਮ ਕੀਤਾ ਜਿੱਥੇ ਪੰਜਾਬਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ ਇਸ ਪ੍ਰੋਗਰਾਮ ਦੇ ਵਿੱਚ ਮਿਸ ਕੈਟਾਗਰੀ ਦੇ ਵਿੱਚ ਅਤੇ ਮਿਸਿਸ ਕੈਟਾਗਰੀ ਦੇ ਵਿੱਚ ਉਹ ਤੋਂ ਬਾਅਦ ਅਸੀਂ ਪੰਜਾਬਣਾਂ ਦਾ ਮੁਕਾਬਲਾ ਦੁਬਈ ਲੈ ਕੇ ਗਏ ਦੁਬਈ ਦੀਆਂ ਕੁੜੀਆਂ ਦੇ ਨਾਲ ਇਹਨਾਂ ਨੇ ਫਿਰ ਫਾਈਟ ਕੀਤੀ ਇੰਡੀਆ ਦੀਆਂ ਕੁੜੀਆਂ ਨੇ ਦੁਬਈ ਦੀਆਂ ਕੁੜੀਆਂ ਨਾਲ ਉਹ ਤੋਂ ਬਾਅਦ ਅਸੀਂ ਯੂਕੇ ਕੀਤਾ ਇਹ ਇਵੈਂਟ ਉੱਥੇ ਆਡੀਸ਼ਨ ਲੈ ਕੇ ਆਏ ਅਤੇ ਕਰੋਨਾ ਦੀ ਵਜ੍ਹਾ ਤੋਂ ਸਾਰੇ ਮੁਲਕ ਨੂੰ ਇਹ ਪ੍ਰੋਬਲਮ ਹੋਈ ਹੈ ਸਾਰੇ ਦੇਸ਼ਾਂ ਦੇ ਵਿੱਚ ਪ੍ਰੋਬਲਮ ਹੋ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਇਹ ਸਾਡਾ ਚੌਥਾ ਸੈਸ਼ਨ ਹੈ ਅਸੀਂ ਲੁਧਿਆਣੇ ਕਰਾਇਆ ਪਟਿਆਲੇ ਕਰਵਾਇਆ ਹੁਣ ਸਾਡਾ ਨੈਕਸਟ ਜਿਹੜਾ ਲੈਵਲ ਹੈ ਫੋਰਥ ਲੈਵਲ ਅਸੀਂ ਪੰਚਕੂਲਾ 31 ਜੋ ਹੈ ਮਾਰਚ ਨੂੰ ਕਰਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਮਿਸ ਐਂਡ ਮਿਸਿਸ ਬੋਥ ਜੋ ਲੜਕੀਆਂ ਨੇ ਆਪਸ ਦੇ ਵਿੱਚ ਸੱਭਿਆਚਾਰਕ ਸਾਡੇ ਵਿਰਸੇ ਨੂੰ ਲੈ ਕੇ ਲੜ ਰਹੀਆਂ ਨੇ ਪਿਛਲੇ 2.5 ਮਹੀਨੇ ਤੋਂ ਇਹਨਾਂ ਦੀ ਗਰੂਮਿੰਗ ਹੋ ਰਹੀ ਹੈ ਅਤੇ ਬੰਧਨ ਈਵੈਂਟ ਪਲੈਨਰ ਇੱਕ ਐਸਾ ਮੰਚ ਹੈ ਜੋ ਇਹ ਸਾਰੀਆਂ ਲੜਕੀਆਂ ਨੂੰ ਜੋੜ ਕੇ ਇਹਨਾਂ ਨੂੰ ਰਸੋਈ ਤੋਂ ਬਾਹਰ ਲੈ ਕੇ ਗਏ ਜਿੱਥੇ ਇਹਨਾਂ ਦੇ ਡ੍ਰੀਮਸ ਜੋ ਪੂਰੇ ਨਹੀਂ ਕਰ ਪਾਉਂਦੀਆਂ ਕੁਛ ਲੜਕੀਆਂ ਜਿਹੜੀਆਂ ਵਿਆਹ ਤੋਂ ਪਹਿਲਾਂ ਸੁਪਨੇ ਹੁੰਦੇ ਨੇ ਕੁੜੀਆਂ ਦੇ ਉਹਨਾਂ ਨੂੰ ਅਸੀਂ ਜੋ ਇੱਥੇ ਪ੍ਰੂਵ ਕਰ ਰਹੇ ਹਾਂ ਇੱਥੇ ਲੜਕੀਆਂ ਆਪਣੇ ਫੈਮਿਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਦੱਸਦੀਆਂ ਨੇ ਆਪਣੇ ਸੱਭਿਆਚਾਰ ਬਾਰੇ ਕਿਉਂਕਿ ਕੁਐਸਚਨ ਆਨਸਰ ਨੇ ਜੋ 2.5 ਮਹੀਨੇ ਪੂਰੇ ਲਾਈਵ ਹੋ ਕੇ ਅਤੇ ਵੀਡੀਓਜ਼ ਅਸੀਂ ਲਾਂਚ ਕਰ ਦਿੰਦੇ ਹਾਂ ਇਹ ਕੁਐਸਚਨ ਆਨਸਰ ਦਾ ਜਿਹੜਾ ਸਫ਼ਰ ਹੈ 2.5 ਮਹੀਨੇ ਚੱਲਦੇ ਇਹਨਾਂ ਨੂੰ ਅਸੀਂ ਗਰੂਮਿੰਗ ਵੀ ਕਹਿੰਦੇ ਹਾਂ ਜਿਹਦੇ ਵਿੱਚ ਕੁੜੀਆਂ ਤੋਂ ਪੰਜਾਬ ਨੂੰ ਲੈ ਕੇ ਹਰ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਮੇਰੇ ਥਰੂ ਅਤੇ ਫਿਰ ਇਹ ਤੋਂ ਆਨਸਰ ਕਰਨ ਲਈ ਗੂਗਲ ਕਰਕੇ ਆਪਣੇ ਫਰੈਂਡ ਨੂੰ ਪੁੱਛਦੀਆਂ। दिव्य हिमाचल टीवी के लिए चंडीगढ़ से मुकेश संगर की रिपोर्ट।